दोस्तों नो नेम ते ब्रांड वैल्यू दसण दी कोई लोड़ नहीं। नो नेम ईपी सिद्धू मूसेवाल ने बिना नाम तो छड्डी सी। इस दे बारे एक वीर ने पॉडकास्ट दे विच खुलासा किया आ भी बिना नाम तो सिद्धू देखना चाहुंदा सी भी मैं कित्थे तक चल सकदा आ, ते कमाल ही हो गया, बिलबोर्ड तक ईपी चलेगी अगले दिन। इंसीडेंट आ ਉਹ ਕਹਿੰਦੇ ਵੀ ਕੀ ਆ ਲੋਕਾਂ ਨੂੰ ਮੈਂ ਕਿ ਦੱਸਣਾ ਚਾਹੁੰਦਾ ਸੀਗਾ, ਕਹਿੰਦਾ ਵੀ ਜੱਟ ਦਾ ਨਾਂ ਹੀ ਚੱਲਦਾ ਵੀ ਬੇਸ਼ੱਕ ਉਹਦੀ ਵੀ ਨੋ ਨੇਮ ਦੇ ਵਿੱਚ ਬਾਈ ਜੀ ਕੋਈ ਵੀਡੀਓਗ੍ਰਾਫੀ ਨਹੀਂ, ਉਹਦਾ ਐਲਬਮ ਦਾ ਕੋਈ ਨਾਂ ਹੀ ਨਹੀਂ ਰੱਖਿਆ, ਬਿਨਾਂ ਨਾਂ ਤੋਂ ਕਹਿੰਦਾ ਉਹਨੇ ਗਾਣੇ ਛੱਡਤੇ। ਅਤੇ ਅਗਲੇ ਦਿਨ ਕੀ ਆ, ਪੰਜ ਦੇ ਪੰਜ ਗਾਣੇ ਜਿਹੜੇ ਉਹਨੇ ਛੱਡੇ ਸੀ ਸਾਰੇ ਬਿੱਲਬੋਰਡ 'ਤੇ ਸੀ। ਇਹ ਜੱਟ ਦੀ ਮੈਂ ਕੀ ਆ ਪਛਾਣ ਸੀ। ਅਤੇ ਬਿੱਲਬੋਰਡ 'ਤੇ ਮੈਂ ਕਹਿੰਦਾ ਅੱਜ ਸਿੰਗਰਾਂ ਦੀ ਨਾ ਮੈਂ ਕਿ 10-10, 15-15 ਸਾਲ ਘੱਸ ਕੇ ਬਿੱਲਬੋਰਡ 'ਤੇ ਕਿਤੇ ਇੱਕ ਅੱਧਾ ਦਿਨ ਗਾਣਾ ਵੱਜਦਾ, ਅਤੇ ਉਹ ਜੱਟ ਦੇ ਮੂਸ ਟੇਪ 'ਤੇ ਸਾਰੇ ਦੇ ਸਾਰੇ ਗਾਣੇ ਬਿੱਲਬੋਰਡ 'ਤੇ ਵੱਜੇ ਸੀ। ਤਾਂ ਹੀ ਸਿੱਧੂ ਮੂਸੇਵਾਲ ਨੇ ਗਾਣੇ ਦੇ ਵਿੱਚ ਕਿਹਾ ਸੀ ਲੈਵਲ 'ਚ ਨੋ ਨੇਮ ਅਤੇ ਬ੍ਰਾਂਡ ਵੈਲਿਊ ਦੱਸਣ ਦੀ ਕੋਈ ਲੋੜ ਨਹੀਂ। ਤਾਂ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਸਿੱਧੂ ਦੀ ਬ੍ਰਾਂਡ ਵੈਲਿਊ ਬਾਰੇ ਦੱਸਣ ਦੀ ਲੋੜ ਨਹੀਂ, ਨਾਮ ਹੀ ਕਾਫੀ ਆ।